20 रुपये। ठीक है, कितने टाइम दिला रहे हैं तुझे इतने, कितने टाइम दिला रहे हैं? कितना टाइम? 5 साल। साल दिला रहे हैं भाई इतने, किसमें बोलो? 17-18 बरस। 17-18 साल हो गया। ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਤੁਹਾਨੂੰ ਲੈ ਕੇ ਆਏ ਲੁਧਿਆਣੇ ਦੀ ਮੰਡੀ ਦੇ ਵਿੱਚ। ਠੀਕ ਹੈ ਜੀ, ਆਪਾਂ ਇੱਥੇ ਅੱਜ ਦੇਖਣਾ ਵੀ ਜਿਹੜੀ ਦੁਕਾਨ ਤੇ ਆਪਾਂ ਸਬਜ਼ੀ ਲੈਣੀ ਆ ਤੇ ਮੰਡੀ ਦੇ ਵਿੱਚ ਕੀ ਰੇਟ ਆ। ਹਾਂ, ਹਫ਼ਤੇ 'ਚ ਇੱਕ ਵਾਰੀ ਮੰਡੀ ਲੱਗਦੀ ਆ, ਅੱਜ ਤੁਹਾਨੂੰ ਲੈ ਕੇ ਚੱਲਦੇ ਆ। ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਸਾਰੀਆਂ ਨੀਚੇ ਪਈਆਂ ਨੇ। ਠੀਕ ਹੈ ਜੀ, ਆ ਤੁਸੀਂ ਦੇਖ ਭਿੰਡੀ ਕੀ ਰੇਟ ਆ, 40 ਰੁਪਏ ਭਿੰਡੀ ਦਾ ਰੇਟ ਆ। ਬਾਹਰ ਤੁਸੀਂ ਦੇਖ ਸਕਦੇ ਹੋ ਕੀ ਰੇਟ ਆ। ਠੀਕ ਹੈ ਜੀ, ਆ ਜਾਓ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ। ਇੱਧਰ ਵੀ ਦੇਖ ਸਕਦੇ ਹੋ, ਠੀਕ ਹੈ, ਇੱਥੇ ਸਾਰਾ ਪਸਿਆਰੀ ਦਾ ਸਮਾਨ ਮਿਲਦਾ ਮੰਡੀ ਦੇ ਵਿੱਚ, ਮਤਲਬ ਸਾਰਾ ਕੁਝ ਤੁਹਾਨੂੰ ਅਵੇਲੇਬਲ ਮਿਲੂਗਾ। ਅੱਜ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਆਹ ਤੁਸੀਂ ਦੇਖ ਸਕਦੇ ਹੋ ਹਰੇ ਬਨਾਨਾ, ਇੱਧਰ ਦਿਖਾਓ ਨੀਚੇ। ਠੀਕ ਹੈ ਜੀ, ਦੇਖੋ ਤੁਸੀਂ ਪਾਲਕ ਲੈਣੀ ਹੈ 10 ਰੁਪਏ, ਸਾਗ 10 ਰੁਪਏ। ਆਹ ਕੇਲੇ ਕਾਹਦੇ ਲਈ ਨੇ, ਮਤਲਬ ਕੀ ਯੂਜ ਆ ਸਬਜ਼ੀ ਲਈ? ਇਹ ਸਬਜ਼ੀ ਲਈ ਤੁਸੀਂ ਬਨਾਨਾ ਦੇਖ ਸਕਦੇ ਹੋ, ਇਹ ਸਬਜ਼ੀ ਲਈ ਯੂਜ ਹੁੰਦਾ। ਠੀਕ ਹੈ ਜੀ, ਆ ਜਾ ਤੁਹਾਨੂੰ ਅੱਗੇ ਵੀ ਘੁਮਾਉਂਦੇ ਆ ਲੁਧਿਆਣੇ ਦੀ ਮੰਡੀ ਦੇ ਵਿੱਚ। ਮੈਂ ਤੁਹਾਨੂੰ ਅੱਜ ਤੁਹਾਨੂੰ ਸਾਰਾ ਆਪਾਂ ਘੁਮਾਉਣਾ ਇੱਥੇ ਮੰਡੀ ਦੇ ਵਿੱਚ, ਕੀ ਰੇਟ ਆ, ਪਿਆਜ਼ ਦਾ ਕੀ ਰੇਟ ਚੱਲਦਾ। ਠੀਕ ਹੈ ਜੀ, ਆ ਜਾ ਆਪਾਂ ਪੁੱਛਦੇ ਹਾਂ ਪਿਆਜ਼ ਕਿਆ ਰੇਟ ਹੈ ਬਾਈ। 50 ਰੁਪਏ, 50 ਰੁਪਏ ਪਿਆਜ਼ ਆ। ਠੀਕ ਹੈ ਜੀ, ਆ ਜਾਓ ਅੱਗੇ ਚੱਲਦੇ ਹਾਂ ਆਪਾਂ ਹੋਰ ਥੋੜਾ ਜਿਹਾ। ਤੁਸੀਂ ਦੇਖ ਸਕਦੇ ਹੋ ਆਲੂ, ਲਾਲ ਆਲੂ, ਠੀਕ ਹੈ ਜੀ, ਵਾਈਟ ਆਲੂ। ਆਲੂ ਕਿਆ ਰੇਟ ਹੈ ਬਾਈ? 50 ਕਾ 2 ਕਿਲੋ ਆਲੂ ਹੈ। ਠੀਕ ਹੈ ਜੀ, ਇਹ ਦੇਖ ਸਕਦੇ ਹੋ ਹਲਦੀ, ਮਿਰਚ, ਪਿਆਜ਼, ਮਸਾਲੇ ਸਾਰੇ ਤੁਸੀਂ ਇੱਥੋਂ ਖਰੀਦ ਸਕਦੇ ਹੋ। ਠੀਕ ਹੈ ਜੀ, ਮਤਲਬ ਰੇਟ ਵਧੀਆ। ਆ ਜਾਓ ਹਰੀ ਮਿਰਚ ਦਾ, ਪਰ ਹਰੀ ਮਿਰਚ ਕਿਆ ਰੇਟ ਹੈ? 40 ਰੁਪਏ ਕਿਲੋ ਹਰੀ ਮਿਰਚ। ਹੁਣ ਤੁਸੀਂ ਸ਼ੋਪ ਦਾ ਰੇਟ ਦੇਖ ਸਕਦੇ ਹੋ ਕੀ ਹੈ ਤੇ ਮੰਡੀ ਦਾ ਰੇਟ ਵੀ ਦੇਖ ਸਕਦੇ ਹੋ। ਠੀਕ ਹੈ ਜੀ, ਆ ਜਾਓ ਇੱਥੇ ਤੁਹਾਨੂੰ ਕੱਪੜਾ ਮਾਰਕੀਟ ਵੀ ਹੈ, ਸਾਰੀ ਮਨਿਆਰੀ ਦੀ ਮਾਰਕੀਟ ਵੀ ਹੈ। ਆ ਤੁਹਾਨੂੰ ਦਿਖਾਉਂਦੇ ਹਾਂ ਅੱਗੇ, ਮਤਲਬ ਮੰਡੀ ਇਹ ਬਹੁਤ ਵੱਡੀ ਆ। ਮਤਲਬ ਅੱਜ ਦਿਨ ਕੀ ਆ, ਬੁੱਧਵਾਰ, ਬੁੱਧਵਾਰ ਵਾਲੇ ਦਿਨ ਲੱਗਦੀ ਆ। ਠੀਕ ਹੈ ਜੀ, ਪਰ ਇੱਕ ਤਰ੍ਹਾਂ ਆਪਾਂ ਦੇਖੀਏ ਖਿਲਵਾੜ ਵੀ ਆ, ਸਬਜ਼ੀਆਂ ਸਾਰੀਆਂ ਨੀਚੇ ਹੀ ਪਈਆਂ ਨੇ, ਗਰਦ ਵਗੈਰਾ ਸਾਰੀ ਤੁਸੀਂ ਧੋ ਕੇ ਬਣਾ ਸਕਦੇ ਹੋ। ਠੀਕ ਹੈ, ਰੇਟ ਮਤਲਬ ਫਰੈਸ਼ ਸਬਜ਼ੀ ਤਾਂ ਫਰੈਸ਼ ਹੀ ਹੁੰਦੀ ਆ, ਸਬਜ਼ੀ ਤਾਂ ਸਾਰੀ ਫਰੈਸ਼ ਹੀ ਹੁੰਦੀ ਆ, ਤੁਸੀਂ ਦੇਖ ਸਕਦੇ ਹੋ ਉੱਥੇ। ਠੀਕ ਹੈ ਜੀ, ਇੱਧਰ ਫੋਕਸ ਕਰਕੇ ਦਿਖਾ ਸਕਦੇ ਹੋ ਮੰਡੀ ਸਾਰੀ, ਮਤਲਬ ਸਾਰਾ ਸਮਾਨ ਲੇਡੀਜ਼ ਦਾ ਵੀ ਸਾਰਾ ਇੱਥੇ ਅਵੇਲੇਬਲ ਹੁੰਦਾ। ਠੀਕ ਹੈ ਜੀ, ਆ ਜਾਓ ਤੁਹਾਨੂੰ ਅੱਗੇ ਲੈ ਚੱਲਦੇ ਆ ਮੰਡੀ ਦੇ ਵਿੱਚ। ਇੱਥੇ ਸਾਰੀ ਚੀਜ਼ ਅਵੇਲੇਬਲ ਆ ਜੋ ਵੀ ਤੁਸੀਂ ਚਾਹੁੰਦੇ ਹੋ। ਠੀਕ ਹੈ ਜੀ, ਕੁਛ ਵੀ ਸਮਾਨ, ਹਾਂਜੀ, ਹਾਂ ਪਿਓਰ ਪੰਜਾਬੀ, ਹਾਂ ਯੂਟਿਊਬ ਤੋਂ, ਹਾਂਜੀ। ਇੱਥੇ ਭਾਅ ਜੀ ਉਹਨੀ ਚੈਨਲ ਆਪਾਂ ਤਾਂ ਪੁੱਛ ਰਹੇ ਨੇ ਕਿਹੜਾ ਵਾ, ਸਬਸਕ੍ਰਾਈਬ ਜ਼ਰੂਰ ਕਰ ਲਿਓ, ਤੁਹਾਨੂੰ ਲਿੰਕ ਦੇ ਕੇ ਜਾਵਾਂਗੇ ਜਾਂਦੇ ਟਾਈਮ। ਠੀਕ ਹੈ ਜੀ, ਆ ਜਾਓ ਤੁਹਾਨੂੰ ਅੱਗੇ ਦਿਖਾਉਂਦੇ ਹਾਂ, ਤੇ ਇੱਥੇ ਤੁਸੀਂ ਕੱਪੜਾ ਵੀ ਦੇਖ ਸਕਦੇ ਹੋ ਸਾਰੇ, ਲੋਅਰ ਵਗੈਰਾ ਜੋ ਵੀ ਤੁਸੀਂ ਲੈਣਾ ਇੱਥੇ ਡਰੈਸ ਤੋਂ ਲੈ ਸਕਦੇ ਹੋ। ਠੀਕ ਹੈ ਜੀ, ਇੱਧਰ ਵੀ ਫੋਕਸ ਕਰਕੇ ਤੁਹਾਨੂੰ ਦਿਖਾ ਦਿੰਦੇ, ਕੁਛ ਵੀ ਲੈ ਸਕਦੇ ਹੋ, ਟੀ ਸ਼ਰਟ, ਸ਼ਾਰਟ ਵਗੈਰਾ। ਠੀਕ ਹੈ, ਬੁੱਧਵਾਰ ਨੂੰ ਮੰਡੀ ਲੱਗਦੀ ਹੈ ਲੁਧਿਆਣੇ ਦੇ ਜੰਡਿਆਲੀ ਦੇ ਵਿੱਚ, ਅਸੀਂ ਕਿਸੇ ਵੀ ਟਾਈਮ ਆ ਸਕਦੇ ਹੋ।
ਅਜੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ। ਇੱਧਰ ਤੁਸੀਂ ਦੇਖ ਸਕਦੇ ਹੋ ਕੱਪੜੇ ਵਗੈਰਾ ਸਾਰਾ ਕੁਛ, ਲੋਰਾਂ ਜੋ ਵੀ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ ਤੁਸੀਂ ਇੱਥੋਂ ਲੈ ਸਕਦੇ ਹੋ। ਅਜੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ, ਹੋਰ ਪੂਰੀ ਮੰਡੀ ਤੁਹਾਨੂੰ ਘੁਮਾਵਾਂਗੇ, ਮਤਲਬ ਜ਼ਿਆਦਾ ਇੱਕ ਕਿੱਲੇ ਦੇ ਵਿੱਚ ਹੋਣੀ ਇਹ ਮੰਡੀ। ਅਜੇ ਤੁਹਾਨੂੰ ਪੂਰੀ ਆਪਾਂ ਘੁਮਾਉਂਦੇ ਹਾਂ, ਠੀਕ ਹੈ ਜੀ, ਲੈ ਕੇ ਚੱਲਦੇ ਹਾਂ। ਤੇ ਮਤਲਬ ਜੋ ਵੀ ਇੱਥੇ ਮਤਲਬ ਲਾਉਂਦਾ ਵਾ ਮੰਡੀ, ਹਰ ਵਾਰ ਤੁਹਾਨੂੰ ਉਹੀ ਬੰਦਾ ਮਿਲੂਗਾ ਸ਼ੌਪ ਦੇ ਉੱਤੇ, ਐ ਨੀ ਵੀ ਚੇਂਜ ਹੋ ਜਾਊਗਾ। ਅਗਲੀ ਵਾਰ ਤੁਸੀਂ ਆ ਕੇ ਜੇ ਕੋਈ ਚੀਜ਼ ਡਿਫੈਕਟਡ ਮਿਲਦੀ ਆ ਤਾਂ ਵਾਪਸ ਵੀ ਕਰ ਸਕਦੇ ਹੋ, ਠੀਕ ਹੈ ਜੀ। ਅਜੇ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਦੇ ਹਾਂ। ਮਤਲਬ ਇੱਥੇ ਤੁਹਾਨੂੰ ਜ਼ਿਆਦਾਤਰ ਪੰਜਾਬੀ ਘੱਟ ਦੇ ਪ੍ਰਵਾਸੀ ਜ਼ਿਆਦਾ ਮਤਲਬ ਪਰਚੇਜ਼ ਕਰਦੇ ਮਿਲਣਗੇ, ਠੀਕ ਹੈ ਜੀ। ਅਜੇ ਤੁਹਾਨੂੰ ਇੱਥੇ ਦਿਖਾ ਦਿੰਦੇ ਹਾਂ ਬੂਟ, ਜਿੱਦਾਂ ਦਾ ਵੀ ਤੁਹਾਨੂੰ ਪਸੰਦ ਆ ਉੱਦਾਂ ਦਾ ਲੈ ਸਕਦੇ ਹੋ, ਠੀਕ ਹੈ। ਹਰ ਕੁਆਲਿਟੀ ਦਾ ਇੱਥੇ ਬੂਟ ਪਿਆ ਵਾ, ਚੱਪਲਾਂ ਪਈਆਂ ਨੇ, ਠੀਕ ਹੈ। ਮੈਂ ਤੁਹਾਨੂੰ ਉਹੀ ਰੇਟ ਮਿਲੂਗਾ ਮਾਰਕੀਟ ਨਾਲੋਂ ਥੋੜ੍ਹਾ ਜਿਹਾ ਲੈਸ ਕਰਕੇ ਮਿਲਦਾ, ਠੀਕ ਹੈ ਜੀ। ਲੁਧਿਆਣੇ ਦੇ ਵਿੱਚ ਘੱਟੋ ਘੱਟ ਵੀ ਹਰ ਜਗ੍ਹਾ ਤੇ ਮੰਡੀ ਲੱਗਦੀ ਆ, ਮਤਲਬ 2-2 ਕਿਲੋਮੀਟਰ ਤੇ ਮੰਡੀ ਲੱਗਦੀ ਆ, ਤੁਹਾਨੂੰ ਹਰ ਮੰਡੀ ਦਿਖਾਵਾਂਗੇ, ਠੀਕ ਹੈ ਜੀ। ਅੱਜ ਆਪਾਂ ਅੱਗੇ ਲੈ ਕੇ ਚੱਲਦੇ ਹਾਂ। ਤੁਸੀਂ ਜੇਕਰ ਤੁਹਾਡੇ ਮਤਲਬ ਪਿੰਡਾਂ ਦੇ ਵਿੱਚ ਤਾਂ ਆਮ ਲੱਗੀਆਂ ਹੁੰਦੀਆਂ ਨੇ ਹਨਾ, ਕੀ ਆ ਵਗੈਰਾ, ਜੋ ਕੀ ਆ ਦਾ ਰੇਟ ਵੀ ਹੁੰਦਾ ਤੁਹਾਨੂੰ, ਕੀ ਰੇਟ ਆ ਵੀਰੇ, ਕਿਤੇ ਕੀ ਆ 20 ਰੁਪਏ ਕੀ ਆ ਪੇਠਾ 20 ਰੁਪਏ, ਠੀਕ ਹੈ ਜੀ। ਤੁਸੀਂ ਲੈ ਸਕਦੇ ਹੋ, ਮਤਲਬ ਰੇਟ ਠੀਕ ਆ ਮਾਰਕੀਟ ਨਾਲ, ਮਾਰਕੀਟ ਨਾਲ ਤੁਸੀਂ ਦੇਖ ਲਓ ਕਿੰਨਾ ਰੇਟ ਦਾ ਫਰਕ ਆ। ਅੱਜ ਆਪਾਂ ਖਾਣ ਪੀਣ ਵਾਲੇ ਏਰੀਆ 'ਚ ਚੱਲਦੇ ਹਾਂ, ਜਿੱਥੇ ਖਾਣ ਪੀਣ ਦਾ ਸਮਾਨ ਵੀ ਆ, ਫਿਰ ਮੈਂ ਲੈ ਕੇ ਚੱਲਦਾ ਜੀ। ਖਾਣ ਪੀਣ ਵਾਲੇ ਏਰੀਆ ਦੇ ਵਿੱਚ ਲੈ ਕੇ ਚੱਲਦੇ ਹਾਂ। ਦੇ ਵਿੱਚ ਕੀ ਆ ਇੱਥੇ, ਉੱਤੇ ਆ ਸਮੋਸਿਆਂ ਦੀ ਰੇਹੜੀ ਲੱਗੀ ਹੋਈ ਆ, ਤੁਸੀਂ ਉਹ ਵੀ ਦੇਖ ਸਕਦੇ ਹੋ, 5-5 ਰੁਪਏ ਦਾ ਸਮੋਸਾ ਉਹ ਲੈ ਸਕਦੇ ਹੋ। ਅੱਜ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਆਪਾਂ, ਇੱਧਰ ਵੀ ਸਬਜ਼ੀ ਵਗੈਰਾ ਦੀ ਰੇਹੜੀ ਆ, ਇੱਧਰ ਖਾਣ ਪੀਣ ਦਾ ਸਮਾਨ, ਠੀਕ ਹੈ ਜੀ। ਹਰ ਚੀਜ਼ ਤੁਹਾਨੂੰ ਮਤਲਬ ਮੰਡੀ ਦੇ ਵਿੱਚ ਅਵੇਲੇਬਲ ਮਿਲੂਗੀ, ਕੁਛ ਵੀ ਖਾਣਾ, ਬਰਗਰ, ਸਮੋਸਾ, ਜਲੇਬੀ, ਕੁਛ ਵੀ ਤੁਸੀਂ ਖਾਣਾ ਉਹ ਤੁਹਾਨੂੰ ਅਵੇਲੇਬਲ ਮਿਲੂਗਾ ਮੰਡੀ ਦੇ ਵਿੱਚ। ਆ ਜਾਓ ਆਪਾਂ ਲੈ ਕੇ ਚੱਲਦੇ ਹਾਂ। ਇੱਥੇ ਤੁਸੀਂ ਅੰਬ ਦੇਖ ਸਕਦੇ ਹੋ, 2 ਕੁਆਲਿਟੀ ਦੇ ਅੰਬ ਪਏ ਨੇ। ਕਿਆ ਕੀ ਰੇਟ ਹੈ ਇਹਨਾਂ ਦਾ? 40 ਰੁਪਏ ਆ, 30 ਰੁਪਏ, ਠੀਕ ਹੈ। ਕਿੰਨੇ ਟਾਈਮ ਤੇ ਲਾ ਰਹੇ ਤੁਸੀਂ ਇੱਥੇ, ਕਿੰਨੇ ਟਾਈਮ ਤੇ ਲਾ ਰਹੇ ਆ? ਕਿੰਨਾ ਟਾਈਮ? 5 ਸਾਲ। 5 ਸਾਲ ਤੋਂ ਭਾਈ ਇੱਥੇ ਲਾ ਰਹੇ ਨੇ, ਹਰ ਵਾਰ ਤੁਹਾਨੂੰ ਇੱਥੇ ਹੀ ਮਿਲਣਗੇ। ਜੇ ਕਿਸੇ ਨੇ ਮਤਲਬ ਅੰਬ ਲੈਣਾ ਤਾਂ ਇਹਨਾਂ ਲਗਵਾ ਕੇ ਲਿਓ, ਠੀਕ ਹੈ ਜੀ। ਆ ਜਾਓ ਆਪਾਂ ਅੱਗੇ ਚੱਲਦੇ ਹਾਂ, ਅੱਗੇ ਵੀ ਦਿਖਾ ਦਿੰਦੇ ਹਾਂ। ਇੱਥੇ ਬਰਗਰ ਦੀ ਰੇਹੜੀ, ਠੀਕ ਹੈ ਜੀ, ਆ ਬਰਗਰ ਲੱਗਿਆ ਹੋਇਆ ਵਾ, ਠੀਕ ਹੈ। ਅੱਗੇ ਤੁਹਾਨੂੰ ਦਿਖਾ ਦਿੰਦੇ ਆਪਾਂ, ਇੱਥੇ ਭਾਜੀ ਹੁਣੀ ਬਰਗਰ ਲਾਉਂਦੇ ਨੇ, ਠੀਕ ਹੈ। ਮਤਲਬ ਇਹਨਾਂ ਦਾ ਵੀ ਬਰਗਰ ਟੇਸਟੀ ਆ, ਮੈਂ 1-2 ਵਾਰ ਖਾਇਆ, ਮਤਲਬ ਇਹ ਵੀ ਇੱਥੇ ਲਾਉਂਦੇ ਨੇ। ਚਲੋ ਆ ਜਾਓ ਆਪਾਂ ਅੱਗੇ ਲੈ ਕੇ ਚੱਲਦੇ ਹਾਂ। ਹੁਣ ਜਲੇਬੀ ਦਾ ਵੀ ਦਿਖਾ ਦਿੰਦੇ ਹਾਂ, ਇੱਧਰ ਆ ਕੇ ਫੋਕਸ ਕਰਕੇ, ਜਲੇਬੀ ਵੀ ਚੱਲਦੀ ਆ। ਮਤਲਬ ਉਧਰੋਂ ਇਹਦਾ ਐਂਟਰੀ ਗੇਟ ਹੋ ਗਿਆ, ਇੱਧਰੋਂ ਆਊਟ ਗੇਟ ਹੋ ਗਿਆ, ਠੀਕ ਹੈ ਜੀ। ਇਹ ਸੋਸਾਇਟੀ ਦੇ ਅੰਡਰ ਆਉਂਦੀ ਆ, ਇੱਥੇ ਮੰਡੀ ਲੱਗਦੀ ਆ। ਆ ਜਾਓ ਹੁਣ ਇੱਧਰ ਵੀ ਲੈ ਕੇ ਚੱਲਦੇ। ਇਹ ਤੁਸੀਂ ਜਲੇਬੀਆਂ ਵੀ ਖਾ ਸਕਦੇ, ਮਤਲਬ ਹਰ ਚੀਜ਼ ਤੁਹਾਨੂੰ ਅਵੇਲੇਬਲ ਮਿਲੂਗੀ, ਠੀਕ ਹੈ ਜੀ। ਮੈਂ ਤੁਹਾਨੂੰ ਜਲੇਬੀ ਦਾ ਰੇਟ ਵੀ ਦੱਸ ਦਿੰਦਾ ਜੀ, ਜਲੇਬੀ ਦਾ ਕੀ ਰੇਟ ਆ? 30 ਕਾ ਪਾਈਆ, 30 ਕਾ ਪਾਈਆ। ਹੁਣ ਕਿਲੋ ਦਾ ਤੁਸੀਂ ਕੈਲਕੂਲੇਸ਼ਨ ਕਰ ਲਓ ਕਿੰਨਾ ਬਣਦਾ ਵਾ, ਮੈਂ ਹੁਣ ਕੈਲਕੂਲੇਸ਼ਨ ਨਹੀਂ ਕਰ ਸਕਦਾ ਇਹਨੂੰ, ਠੀਕ ਹੈ। ਕਿੰਨੇ ਸਾਲਾਂ ਦਾ ਲਾ ਰਹੇ ਹੋ ਭਾਜੀ ਇੱਥੇ? ਕਿਸਮੇ ਬੋਲੋ, 17-18 ਸਾਲ ਹੋ ਗਏ, 17-18 ਸਾਲ ਹੋ ਗਏ ਭਾਜੀ ਨੂੰ ਇੱਥੇ। ਮਤਲਬ ਜਦੋਂ ਵੀ ਤੁਸੀਂ ਆਉਣਾ ਜੰਡਿਆਲੇ ਦੀ ਮੰਡੀ,
ਤਾਂ ਦੂਸਰੇ ਗੇਟ ਵਿੱਚ ਦੀ ਐਂਟਰੀ ਕਰਨੀ ਆ, ਠੀਕ ਹੈ। ਇੱਥੇ ਭਾਜੀ ਕੋਲ ਜਲੇਬੀਆਂ ਜ਼ਰੂਰ ਖਾ ਕੇ ਜਾਣੀਆਂ, ਮੈਂ ਇੱਕ ਦੋ ਵਾਰ ਖਾਈਆਂ ਨੇ, ਵਧੀਆ ਨੇ, ਠੀਕ ਹੈ ਜੀ। ਆ ਜਾਓ, ਟੇਸਟੀ ਵੀ ਬਣਾਉਂਦੇ ਨੇ ਭਾਜੀ। ਆ ਜਾਓ ਤੁਸੀਂ ਅੱਗੇ ਵੀ ਦੇਖ ਸਕਦੇ ਹੋ, ਫੋਕਸ ਕਰ ਸਕਦੇ ਹੋ, ਠੀਕ ਹੈ ਜੀ। ਇਹ ਭਾਜੀ ਵੀ ਲਾਉਂਦੇ ਨੇ ਜਲੇਬੀ, ਮੈਂ ਤਾਂ ਦੋਨਾਂ ਤੋਂ ਕਿਸੇ ਰੋਲ ਵੀ ਖਾ ਸਕਦੇ, ਵੀ ਭਾਜੀ ਟੇਸਟੀ ਬਣਾਉਂਦੇ ਨੇ, ਮੈਂ ਬਹੁਤ ਵਾਰ ਆਇਆ। ਹਾਂਜੀ, ਇੱਥੇ ਤੁਸੀਂ ਮਤਲਬ ਫਰੂਟ ਵਗੈਰਾ ਦਾ, ਕਿਸੇ ਵੀ ਫਰੂਟ ਦਾ, ਅਨਾਰ ਦਾ, ਕੇਲੇ ਦਾ, ਕੁਛ ਵੀ ਮਤਲਬ ਲੈ ਸਕਦੇ ਹੋ, ਠੀਕ ਹੈ ਜੀ। ਹਾਂਜੀ, ਤੁਹਾਨੂੰ ਮਤਲਬ ਮੰਡੀ ਦੇ ਵਿੱਚ ਹਰ ਚੀਜ਼ ਤੁਹਾਨੂੰ ਅਵੇਲੇਬਲ ਮਿਲੂਗੀ, ਜੋ ਵੀ ਤੁਸੀਂ ਖਾਣਾ ਮਤਲਬ ਜੋ ਵੀ ਲੈਣਾ, ਮਾਰਕੀਟ ਨਾਲੋਂ ਰੇਟ ਸਸਤਾ ਮਿਲੂਗਾ। ਪਰ ਥੋੜ੍ਹੀ ਜਿਹੀ ਕੋਈ ਆਇਆ ਤੁਹਾਨੂੰ ਸਬਜ਼ੀ ਵਗੈਰਾ ਧੋਣੀ ਪਊਗੀ, ਕਿਉਂਕਿ ਨੀਚੇ ਰੱਖਦੇ ਨੇ, ਇੱਥੇ ਬੈਂਚ ਵਗੈਰਾ ਤਾਂ ਹੈ ਨਹੀਂ, ਠੀਕ ਹੈ। ਉਹ ਡਸਟ ਵਗੈਰਾ ਪੈਂਦੀ ਰਹਿੰਦੀ ਹੈ, ਉਹ ਤੋਂ ਹੋ ਕੇ ਤੁਸੀਂ ਆਪਣੀ ਸਬਜ਼ੀ ਵਧੀਆ ਬਣਾ ਦਿਓ, ਰੇਟ ਮਤਲਬ ਫਰੈਸ਼ ਹੋਊਗੀ ਸਬਜ਼ੀ, ਠੀਕ ਹੈ ਜੀ। ਜੇਕਰ ਤੁਸੀਂ ਮਤਲਬ ਚੰਡੀਗੜ੍ਹ ਦੇ ਜਾਣ ਦੇ ਰੂਟ ਦੇ ਹੋ ਤਾਂ ਹਰ ਬੁੱਧਵਾਰ ਨੂੰ ਯਾਦ ਰੱਖ ਲਓ, ਜਿਹੜੇ ਡੇਲੀ ਜਾਂਦੇ ਨੇ ਤਾਂ ਜੰਡਿਆਲੀ ਜ਼ਰੂਰ ਰੁਕਣਾ ਵਾ। ਜੰਡਿਆਲੀ ਰੁਕ ਕੇ ਦੋ ਗੇਟ ਇੱਥੇ ਬਣਦੇ ਨੇ, ਮੇਨ ਗੇਟ ਇੱਕ, ਮਤਲਬ ਫਸਟ ਗੇਟ ਸੈਕਿੰਡ ਗੇਟ, ਤੁਸੀਂ ਆ ਸਕਦੇ ਹੋ, ਠੀਕ ਹੈ ਜੀ। ਹਾਂਜੀ, ਬਸ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਇੰਨਾ ਹੀ ਦਿਖਾਉਣਾ ਸੀਗਾ, ਤੇ ਅਗਲੀ ਵਾਰ ਆਪਾਂ ਤੁਹਾਨੂੰ ਕਿਤੇ ਹੋਰ ਲੈ ਕੇ ਚੱਲਾਂਗੇ, ਵਧੀਆ ਮੰਡੀ ਦੇ ਵਿੱਚ, ਠੀਕ ਹੈ, ਖਾਸ ਲੁਧਿਆਣੇ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ। ਅੱਜ ਆਪਾਂ ਜੰਡਿਆਲੀ ਦੇ ਵਿੱਚ ਆਇਆ, ਮਤਲਬ ਟਾਈਮ ਘੱਟ ਸੀਗਾ ਆਪਣੇ ਕੋਲ, ਤਾਂ ਕਰਕੇ ਆਪਾਂ ਜਾ ਨਹੀਂ ਸਕੇ, ਠੀਕ ਹੈ ਜੀ। ਦੇਖ ਸਕਦੇ ਇੱਥੇ ਰੋਡ ਮਤਲਬ ਚੱਲਦਾ ਵਾ, ਬਾਈਕ ਖੜਾਉਣ ਨੂੰ ਵੀ ਪੂਰੀ ਜਗ੍ਹਾ ਦਿੱਤੀ ਹੋਈ ਹੈ, ਤੁਸੀਂ ਆਹ ਰੈਡ ਵਾਈਟ ਪੱਟੀ ਲੱਗੀ ਹੋਈ ਹੈ, ਠੀਕ ਹੈ ਜੀ। ਬਾਈਕ ਵਗੈਰਾ ਇੱਥੇ ਖੜੀ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਮਤਲਬ ਫਰੰਟ ਗੇਟ ਦੇ ਅੱਗੇ ਵੀ ਲੋਕਾਂ ਨੇ ਬਾਈਕਾਂ ਖੜੀਆਂ ਕੀਤੀਆਂ ਹੋਈਆਂ ਨੇ, ਉੱਪਰ ਕਿਹੜਾ ਕੋਈ ਟਰਾਲਾ ਚੜਨਾ, ਤਾਂ ਕਰਕੇ ਪੈਦਲ ਹੀ ਜਾਣਾ ਵਾ, ਤਾਂ ਕਰਕੇ ਅੱਗੇ ਬਾਈਕ ਖੜੀ ਕਰ ਦਿੰਦੇ ਨੇ ਸੜਕ ਦੇ ਉੱਤੇ। ਠੀਕ ਹੈ ਜੀ, ਉਹ ਉੱਧਰ ਵੀ ਤੁਸੀਂ ਦੇਖ ਸਕਦੇ ਹੋ, ਉੱਧਰ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਦਿੰਦੇ ਹਾਂ ਆਪਾਂ, ਉੱਧਰ ਵਾਲੀ ਸਾਈਡ ਵੀ ਇੱਧਰ ਆਟੋ ਖੜਿਆ ਵਾ, ਉੱਧਰ ਵੀ ਬਾਈਕਾਂ ਸਾਰੀਆਂ ਮਤਲਬ ਖੜੀਆਂ ਨੇ, ਲਾਈਨ ਦੇ ਲਾਈਨ ਵਾਈਜ਼ ਖੜੀਆਂ ਨੇ, ਕੋਈ ਏਦਾਂ ਨਹੀਂ ਕੋਈ ਟ੍ਰੈਫਿਕ ਰੁਕਦੀ ਆ ਰੋਡ ਦੇ ਉੱਪਰ, ਤੁਹਾਨੂੰ ਦਿਖਾ ਰਹੇ ਹਾਂ ਆਪਾਂ। ਇਹ ਜੰਡਿਆਲੀ ਨੂੰ ਚੰਡੀਗੜ੍ਹ ਰੋਡ ਆ ਜਿਹੜਾ ਲੁਧਿਆਣੇ ਤੋਂ ਆਉਂਦਾ ਵਾ, ਜਦੋਂ ਆਪਾਂ ਜੰਡਿਆਲੀ ਰੁਕਦੇ ਹਾਂ, ਜੰਡਿਆਲੀ ਪਹਾੜਾ ਤੋਂ ਥੋੜ੍ਹਾ ਜਿਹਾ ਪਿੱਛੇ ਹੀ ਆ ਕਿਲੋਮੀਟਰ, ਉੱਥੇ ਮੰਡੀ ਲੱਗਦੀ ਹੈ, ਠੀਕ ਹੈ ਜੀ। ਤੁਹਾਨੂੰ ਅਗਲੀ ਮੰਡੀ ਵਾਸਤੇ ਵੀ ਲੈ ਕੇ ਜਾਵਾਂਗੇ ਆਪਾਂ, ਦਿਖਾਵਾਂਗੇ ਤੁਹਾਨੂੰ, ਠੀਕ ਹੈ ਜੀ। ਅੱਜ ਦੇ ਬਲੌਗ ਵਿੱਚ ਇੰਨਾ ਹੀ, ਧੰਨਵਾਦ।